ਦੀ ਦਹਲੀਜ਼ ਦੇ ਅੰਦਰ ਕਿਸੇ ਦੀ ਮਾਂ ਭੈਣ ਆਇਆ ਤੇ ਉਹਦੇ ਸਿਰ ਤੇ ਇੱਜ਼ਤ ਦੀ ਚਾਦਰ ਲੈ ਦਈਏ, ਨਾ ਕਿ ਲੈਂਦੀ ਨਹੀਂ। ਇਸ ਤੋਂ ਪਹਿਲੇ ਕਿ ਤੇਰਾ ਇਸ ਕੁੜੀ ਦੀ ਇੱਜ਼ਤ ਵੱਲ ਹੱਥ ਵਧੇ, ਮੈਂ ਤੇਰੇ ਹੱਥ ਵੱਢ ਦਿਆਂਗਾ। ਅੱਜ ਤੋਂ 4 ਵਰਿਆਂ ਪਹਿਲੇ ਜਦੋਂ ਮੈਂ ਪੜ੍ਹਨ ਲਈ ਮੁਲਕ ਤੋਂ ਬਾਹਰ ਗਿਆ ਸਾਂ, ਉਦੋਂ ਵੀ ਤੇਰੀਆਂ ਇਹੀ ਹਰਕਤਾਂ ਸਨ। ਅੱਜ ਮੈਂ 4 ਵਰਿਆਂ ਬਾਅਦ ਆਇਆ ਤੇ ਅੱਜ ਵੀ ਤੇਰੀਆਂ ਇਹੀਆਂ ਓਛੀਆਂ ਹਰਕਤਾਂ ਨੇ। ਸ਼ਾਮੀ ਸ਼ਾਹ, ਤੂੰ ਸੈਯਦ ਖਾਨਦਾਨ ਤੇ ਇੱਕ ਦਾਗ ਏ ਦਾਗ। ਅਰਜ਼ੂ, ਕੌਣ ਹੈ ਕੁੜੀ? ਇਹ ਮੇਰੀ ਸਹੇਲੀ ਚਾਂਦਨੀ ਹੈ, ਇਹ ਲੜਨ ਤੋਂ ਆਈ ਸਾਡੀ ਹਵੇਲੀ ਤੇ ਕਿਚਨ ਲਿਖਣਾ ਚਾਹੁੰਦੀ। ਜਾ ਕੇ ਵੱਡੇ ਸ਼ਾਜੀ ਨੂੰ ਦੱਸ ਕਿ ਕਾਮੀ ਸ਼ਾਹ ਨੂੰ ਆਪ ਸਮਝਾਣਾ ਕਰ ਰਾਏ ਮਹਿਮਾਨ ਨਾਲ, ਇੰਜ ਜ਼ਬਰਦਸਤੀ ਨਹੀਂ ਕਰੀਦੀ। ਮੈਨੂੰ ਜ਼ਲੀਲ ਕਰਨ ਦਾ ਤੇ ਕੱਲਾਂ ਦਾ ਪਤੰਗੜ ਬਣਾਉਣ ਦਾ ਅਗਰ ਤੂੰ ਮੇਰਾ ਹੋਣ ਵਾਲਾ ਪੜਵਈਆ ਨਾ ਹੁੰਦਾ, ਕਸਮ ਹੈ ਮੈਨੂੰ ਰੱਬ ਦੀ ਤੈਨੂੰ ਇਹੋ ਜਿਹਾ ਮਜ਼ਾ ਚਕਾਣਾ ਸੀ ਕਿ ਸਾਰੀ ਜ਼ਿੰਦਗੀ ਯਾਦ ਕਰਦਾ। ਚਾਚੇ ਦਾ ਪੁੱਤਰ ਤੇ ਆਰਜ਼ੂ ਦੇ ਭਰਾ ਹੋਣ ਦਾ ਜਿੰਨਾ ਫਾਇਦਾ ਚੁੱਕ ਸਕਣਾ ਕਾਮੀ ਸ਼ਾਹ ਚੁੱਕ ਲੈ, ਕਿਉਂਕਿ ਤੂੰ ਜ਼ਿੱਲੇ ਸ਼ਾਹ ਦੀ ਬੁਰਾਈ ਬਰਦਾਸ਼ਤ ਨਹੀਂ ਕਰ ਸਕਦਾ। ਓਏ ਜ਼ਿੱਲੇ ਸ਼ਾਹ, ਤੂੰ ਹਮੇਸ਼ਾ ਮੇਰੇ ਰਾਸਤੇ ਜ਼ਬਰਦਸਤੀ ਆ ਜਾਂਦਾ ਵੇ, ਅਗਰ ਤੂੰ ਮੇਰੇ ਤਾਜ ਦਾ ਪੁੱਤਰ ਹੈ ਤੇ ਮੈਂ ਵੀ ਤੇਰੇ ਚਾਚੇ ਦਾ ਪੁੱਤਰ ਹਾਂ, ਅੱਗੇ ਤੋਂ ਗੱਲ ਸੋਚ ਸਮਝ ਕੇ ਕਰੀ, ਮੈਂ ਲਿਹਾਜ਼ ਨਹੀਂ ਕਰਨਾ। ਆ ਬੰਦਾ ਚਵਲ ਹੀ ਜੇ ਠੀਕ ਹੈ। ਆਰਜ਼ੂ, ਦਿੱਲੇ ਸ਼ਾਹ ਜੀ ਹੁਣੀ ਆਏ ਨੇ, ਤੂੰ ਇਹਨਾਂ ਨੂੰ ਟਾਈਮ ਦੇ। ਚੱਲ ਠੀਕ ਹੈ, ਇਹ ਵੀ ਆ ਜਾ ਸੋਣਿਓ। ਕਦੀ ਪਰਦੇਸ ਵਿੱਚ ਮੇਰੀ ਯਾਦ ਨਹੀਂ ਆਈ ਦਿੱਲੇ ਸ਼ਾਹ ਜੀ। ਤੇਰੀ ਯਾਦ ਇੰਨੀਆਂ ਗੋਰੀਆਂ ਛਿੱਟੀਆਂ ਮੇਮਾਂ ਦੇ ਵਿੱਚ ਤੇਰੀ ਯਾਦ ਕਿਵੇਂ ਆ ਸਕਦੀ? ਜੇ ਮੈਂ ਤੁਹਾਡੇ ਕੋਲੋਂ 4 ਸਾਲਾਂ ਦਾ ਹਿਸਾਬ ਮੰਗ ਲਵਾਂ ਤੇ ਤੁਸੀਂ ਤੇ ਮੈਨੂੰ ਸਿਰਫ ਮੇਰੇ ਯਾਦ ਕਰਨ ਦਾ ਹਿਸਾਬ ਨਹੀਂ ਦੇ ਸਕਦੇ ਸ਼ਾਹ ਜੀ? ਉਹ ਤੂੰ ਕਰਦੀ ਨਹੀਂ ਇਹ ਯਾਦ, 4 ਸਾਲਾਂ ਦਾ ਜ਼ਕਾਮ ਹੀ ਨਹੀਂ ਰੁਕਿਆ। ਓਏ ਰਾਏ ਸ਼ਾਹ ਜੀ, ਆਰਜ਼ੂ ਤੁਹਾਡੀ ਬਚਪਨ ਦੀ ਮੰਗੇਤਰ ਏ, ਮੈਂ ਵੇਖ ਰਿਹਾ ਸਾਂ ਤੁਹਾਡਾ ਦਿਲ ਉਹਦੇ ਹਲ ਘੱਟ ਤੇ ਕਿਤੇ ਹੋਰ ਜ਼ਿਆਦਾ ਧੜਕ ਰਿਹਾ ਸੀ। ਵੇਖਿਆ ਜੇ ਕੋਈ ਚੰਨ ਨਾ ਚਾੜ ਦਿਆ, ਜੇ ਕੋਈ ਮਸਲਾ ਨਾ ਖੜਾ ਹੋ ਜਾਵੇ। ਤੁਹਾਡੀ ਇਸ ਹਵੇਲੀ 'ਚ ਪਿਆਰ ਮੁਹੱਬਤ ਕਰਨਾ ਮਨਾ ਹੈ, ਇਹ ਤੁਸੀਂ ਆਪ ਹੀ ਮੈਨੂੰ ਦੱਸਿਆ। ਨਾਲੇ ਮੈਂ ਤਾਂ ਇਹ ਵੀ ਸੁਣਿਆ ਕਿ ਇਹਨਾਂ ਪਿਆਰ ਮੁਹੱਬਤ ਦੇ ਚੱਕਰ 'ਚ ਆਪਣੀ ਭੈਣ ਮਾਰ ਦਿੱਤੀ ਸੀ। ਇਸ ਹਵੇਲੀ 'ਚ ਪਿਆਰ ਮੁਹੱਬਤ ਨਹੀਂ ਕਰ ਸਕਦੇ, ਨਫ਼ਰਤ 'ਚ ਭਾਵੇਂ ਬੱਚੀਆਂ ਨਚਾ ਲਓ। ਰਾਣੀ, ਹਾਂਜੀ ਸ਼ਾਹ ਜੀ, ਆਰਜ਼ੂ ਮੇਰੇ ਚਾਚੇ ਦੀ ਕੁੜੀ ਹੈ, ਮੇਰੀ ਬਚਪਨ ਦੀ ਮੰਗੇਤਰ ਤੇ ਮੈਨੂੰ ਬੜਾ ਪਿਆਰ ਕਰਦੀ, ਲੇਕਿਨ ਮੈਂ ਆਰਜ਼ੂ ਨਾਲ ਪਿਆਰ ਨਹੀਂ ਕਰਦਾ। ਰਾਣੇ, ਜਦੋਂ ਦਾ ਮੈਂ ਚਾਂਦਨੀ ਨੂੰ ਵੇਖਿਆ ਉਹ ਮੈਨੂੰ ਬੜੀ ਚੰਗੀ ਲੱਗੀ, ਆਰਜ਼ੂ ਨੂੰ ਤਾਂ ਕਦੀ ਮੈਂ ਪਿਆਰ ਦੀ ਨਿਗਾਹ ਨਾਲ ਵੇਖਿਆ ਹੀ ਨਹੀਂ। ਤੇ ਸ਼ਾਹ ਜੀ, ਉਹਨੂੰ ਮੇਰੀ ਝੋਲੀ 'ਚ ਪਾ ਦਿਓ। ਤੁਹਾਡਿਆਂ ਦੇ ਚੋਰੀ ਕਿਹੜੀ ਮੀਟਿੰਗ ਹੋ ਰਹੀ ਹੈ? ਤੁਹਾਡੀਆਂ ਹੀ ਗੱਲਾਂ ਹੋ ਰਹੀਆਂ ਸਨ।
ਮਜ਼ਾਕ ਤੇ ਨਹੀਂ ਕਰ ਰਹੇ ਨਾ? ਨਹੀਂ ਨਹੀਂ ਮਜ਼ਾਕ ਨਹੀਂ ਕਰ ਰਿਹਾ ਸ਼ਾਹ ਜੀ, ਤੁਹਾਡੇ ਤੇ ਰਹਿ ਗਏ ਨੇ, ਭਾਵੇਂ ਉਹਨਾਂ ਦੀਆਂ ਰਿਪੋਰਟਾਂ ਚੈੱਕ ਕਰ। ਇਹਦਾ ਮਤਲਬ ਸ਼ਾਹ ਜੀ ਤੇ ਬੜੇ ਦਿਲ ਫੈਂਕ ਨੇ, ਨਾਲੇ ਅੱਜ ਤੇ ਇਹਨਾਂ ਦੀ ਮੰਗਣੀ ਹੈ ਇਹਨਾਂ ਦੀ ਪਸੰਦ ਦੀ ਕੁੜੀ ਨਾਲ, ਇਹਨਾਂ ਦੀ ਚਾਚੇ ਦੀ ਧੀ ਨਾਲ। ਮੰਗਣੀ ਹੈ ਤੇ ਫਿਰ ਕੀ ਹੋਇਆ, ਅਸੀਂ ਆਰਜ਼ੂ ਨਾਲ ਪਿਆਰ ਨਹੀਂ ਕਰਦੇ? ਆਰਜ਼ੂ ਤੇ ਕਰਦੀ ਹੈ ਨਾ, ਨਾਲੇ ਪਹਿਲੀ ਨਜ਼ਰ ਵਿੱਚ ਤੁਹਾਨੂੰ ਮੇਰੇ ਨਾਲ ਪਿਆਰ ਹੋ ਗਿਆ ਤੇ ਦੂਸਰੀ ਨਜ਼ਰ ਵਿੱਚ ਖਤਮ। ਨਹੀਂ ਚਾਂਦਨੀ, ਜਿਹੜੀ ਮੇਰੀ ਮੁਹੱਬਤ ਤੇਰੇ ਨਾਲ ਹੈ ਉਹ ਕਦੀ ਨਾ ਖਤਮ ਹੋਣ ਵਾਲੀ ਮੁਹੱਬਤ ਹੈ। ਤੈਨੂੰ ਵੇਖ ਕੇ ਇੰਝ ਲੱਗਾ ਜਿਵੇਂ ਮੈਨੂੰ ਸਦੀਆਂ ਤੋਂ ਤੇਰਾ ਹੀ ਇੰਤਜ਼ਾਰ ਸੀ। ਹਰ ਉਹ ਸ਼ਖਸ ਜਿਹੜਾ ਪਿਆਰ ਮੁਹੱਬਤ ਦਾ ਦਾਅਵਾ ਕਰਦਾ ਹੈ, ਜ਼ਰੂਰੀ ਨਹੀਂ ਕਿ ਉਹ ਵਫਾਦਾਰ ਵੀ ਹੋਵੇ, ਨਾਲੇ ਮੁਹੱਬਤ ਦਾਅਵੇ ਨਾਲ ਨਹੀਂ ਪਰਵਾਹ ਨਾਲ ਜ਼ਾਹਰ ਹੁੰਦੀ। ਪਰਵਾਹ ਨਾਲ? ਇਹ ਪਰਵਾਹ ਦਾ ਕੀ ਮਤਲਬ ਹੈ? ਪਰਵਾਹ ਮੈਂ ਤੁਹਾਨੂੰ ਦੱਸਣਾ ਸ਼ਾਹ ਜੀ, ਸਰਦੀਆਂ ਦੀਆਂ ਰਾਤਾਂ ਹੋਣ ਤਾਂ ਤੁਸੀਂ ਗਰਮ ਰਜਾਈ 'ਚ ਸੁੱਤੇ ਹੋਵੋ ਤੇ ਤੁਹਾਨੂੰ ਤੁਹਾਡੇ ਸੱਜਣ ਦਾ ਫੋਨ ਆ ਜਾਵੇ ਕਿ ਤੂੰ ਉੱਠ ਕੇ ਨਾ, ਇਹਨੂੰ ਕਹਿੰਦੇ ਜੇ ਪਰਵਾਹ। ਸ਼ਾਹ ਜੀ ਸੱਜਣ ਦੇ ਕੰਮ ਕਰਨ ਨੂੰ ਪਰਵਾਹ ਕਹਿੰਦੇ ਨੇ। ਚਾਂਦਨੀ, ਮੇਰੀ ਜ਼ਿੰਦਗੀ ਅਧੂਰੀ ਸੀ, ਜੇ ਤੂੰ ਮੈਨੂੰ ਮਿਲ ਜਾਏ ਤਾਂ ਮੇਰੀ ਜ਼ਿੰਦਗੀ ਮੁਕੰਮਲ ਹੋ ਸਕਦੀ। ਮੈਨੂੰ ਤੇਰੇ ਨਾਲ ਬੜੀ ਮੁਹੱਬਤ ਹੈ। ਤੇ ਰਹੀ ਗੱਲ ਪਰਵਾਹ ਦੀ ਤੇ ਜ਼ਿਲ੍ਹੇ ਸ਼ਾਹ ਨੂੰ ਤੇਰੀ ਬੜੀ ਪਰਵਾਹ ਹੈ, ਬੜੀ ਪਰਵਾਹ। ਮੈਂ ਤਾਂ ਸੁਣਿਆ ਇਸ ਹਵੇਲੀ ਦੇ ਵਿੱਚ ਪਿਆਰ ਇਸ਼ਕ ਮੁਹੱਬਤ ਦੇ ਖਿਲਾਫ ਸਖਤ ਕਾਨੂੰਨ ਹੈ। ਇਸ ਹਵੇਲੀ ਦੇ ਵਿੱਚ ਕਿਸੇ ਨੂੰ ਪਿਆਰ ਕਰਨ ਦੀ ਇਜਾਜ਼ਤ ਨਹੀਂ, ਨਾਲੇ ਜਿਹੜਾ ਪਿਆਰ ਕਰਦਾ ਹੈ ਉਹਦੀ ਤਾਂ ਤੁਸੀਂ ਆਪ ਹੀ ਜਾਨ ਲੈ ਲੈਂਦੇ। ਜੇ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਬਗਾਵਤ ਵੀ ਕਰ ਸਕਣਾ। ਚਾਂਦਨੀ, ਤੈਨੂੰ ਹਾਸਲ ਕਰਨ ਦੀ ਖਾਤਰ ਇਹ ਵੱਡੇ ਸ਼ਾਹ ਜੀ ਦੀ ਹਵੇਲੀ ਕੀ ਮੈਨੂੰ ਦੁਨੀਆ ਵੀ ਛੱਡਣੀ ਪਈ ਤਾਂ ਮੈਂ ਦੁਨੀਆ ਵੀ ਛੱਡ ਦਿਆਂ। ਸੱਚ ਕਹਿ ਰਹੇ ਨੇ ਸ਼ਾਹ ਜੀ, ਮੈਂ ਇਹਨਾਂ ਨੂੰ ਅੱਜ ਤੱਕ ਕਿਸੇ ਦੀਆਂ ਇੰਨੀਆਂ ਮਿੰਨਤਾਂ ਕਰਦਿਆਂ ਨਹੀਂ ਵੇਖਿਆ। ਰਾਣਾ ਸਾਹਿਬ, ਮੇਰੇ ਪਿਆਰੇ ਰਾਣਾ ਸਾਹਿਬ, ਤੁਹਾਡੇ 'ਚ ਮਰਦਾਨਾ ਤਾਕਤ ਵੀ ਹੈ, ਦੱਸੋ ਕੀ ਕਹਿੰਦੇ ਹੋ? ਪਿਆਰ ਮਿੰਨਤਾਂ ਨਾਲ ਨਹੀਂ ਨਸੀਬਾਂ ਨਾਲ ਹਾਸਲ ਹੁੰਦਾ ਹੈ। ਹਾਂਜੀ, ਨਾਲੇ ਉਹ ਕੀ ਕਹਿੰਦੇ ਨੇ ਰਾਣਾ ਸਾਹਿਬ? ਹਾਂਜੀ, ਉਹ ਇੱਕ ਤੇ ਹੁੰਦਾ ਹੈ ਪਿਆਰ, ਉਹ ਪਿਆਰ ਤੋਂ ਉੱਤੇ ਹੁੰਦਾ ਹੈ ਕੀ ਕਹਿੰਦੇ ਨੇ ਉਹਨੂੰ, ਹਾਂ ਇਸ਼ਕ, ਕਿ ਉਹ ਇਸ਼ਕ ਤੋਂ ਵੀ ਉੱਤੇ ਇੱਕ ਚੀਜ਼ ਹੈ ਉਹਨੂੰ ਕੀ ਕਹਿੰਦੇ ਨੇ, ਕੀ ਕਹਿੰਦੇ, ਹਾਂ ਮੈਨੂੰ ਉਸ ਜਨੂੰਨ ਦੀ ਹੱਦ ਤੱਕ ਪਿਆਰ ਹੈ ਸ਼ਾਹ ਜੀ ਨਾਲ, ਸ਼ਾਹ ਜੀ ਨੂੰ ਤਾਂ ਸਿਰਫ ਪਿਆਰ ਹੈ ਮੇਰੇ ਨਾਲ। ਮੈਂ ਕਿਹਾ ਸਾਡੀ ਜ਼ਿੰਦਗੀ ਦੇ ਬਾਰੇ ਵੀ ਕੁਝ ਸੋਚ ਲਵੋ। ਮੈਂ ਤੁਹਾਡੀ ਜ਼ਿੰਦਗੀ ਦੇ ਬਾਰੇ ਕੀ ਸੋਚ ਲਵਾਂ? ਸੋਹਣਿਓ, ਹੀਰਿਓ, ਅੱਛਾ ਹੈ ਤੁਸੀਂ ਮੈਨੂੰ ਉੱਥੇ ਮਿਲ ਗਏ ਹੋ। ਕਿਉਂ ਕਹਿ ਸੀ? ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਹਾਂਜੀ ਕਰੋ। ਉਹ ਜਿਹੜੀ ਗੱਲ ਮੈਂ ਤੁਹਾਡੀ ਬੇਇੱਜ਼ਤੀ ਕੀਤੀ ਸੀ ਨਾ, ਉਹ ਮੈਨੂੰ ਜ਼ਿਲ੍ਹੇ ਸ਼ਾਹ ਨੇ ਕਿਹਾ ਸੀ ਕਿ ਤੂੰ ਚਾਂਦਨੀ ਦੀ ਬੇਇੱਜ਼ਤੀ ਕਰੀ ਤੇ ਮੇਰੀ ਲਾਈਨ ਸਿੱਧੀ ਹੋ ਜਾਏਗੀ, ਤੇ ਇਸ ਕਰਕੇ ਮੈਂ ਸਾਰੀ ਇਹ ਗੱਲ ਕੀਤੀ ਸੀ। ਖੈਰ, ਗਲਤੀ ਤੇ ਮੇਰੀ ਵੀ ਹੈ ਤੇ ਮੈਂ ਤੁਹਾਡੇ ਕੋਲ ਮਾਫੀ ਮੰਗਣਾ ਚਾਹੁੰਦਾ, ਮਾਫ ਕਰ ਦਿਓ। ਇਹਦਾ ਮਤਲਬ ਇਹ ਹੈ ਕਿ ਜਿਹੜੀ ਤੂੰ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ ਉਹ ਤੈਨੂੰ ਜ਼ਿਲ੍ਹੇ ਸ਼ਾਹ ਜੀ ਨੇ ਕਿਹਾ ਸੀ? ਹਾਂ ਹਾਂ, ਜ਼ਿਲ੍ਹੇ ਸ਼ਾਹ ਨੇ ਕਿਹਾ ਸੀ। ਗੱਲ ਤੇ ਸੁਣ ਮੇਰੀ, ਮੈਂ ਕੀ ਸੁਣ ਰਿਹਾ ਜ਼ਿਲ੍ਹੇ ਸ਼ਾਹ, ਕਿ ਤੂੰ ਚਾਂਦਨੀ ਨਾਲ ਪਿਆਰ ਕਰਨਾ? ਜ਼ਿਲ੍ਹੇ ਸ਼ਾਹ, ਅਸੀਂ ਸਾਦਾਤ ਹਾਂ, ਸਾਦਾਤ, ਤੇ ਸਾਡੇ 'ਚ ਰਿਸ਼ਤਾ ਬਾਹਰ ਨਹੀਂ ਉਕਰਦੇ। ਤੁਸੀਂ ਠੀਕ ਸੁਣਿਆ ਵੱਡੇ ਸ਼ਾਹ ਜੀ, ਮੈਂ ਚਾਂਦਨੀ ਨਾਲ ਮੁਹੱਬਤ ਕਰਨਾ ਵਾ, ਆਰਜ਼ੂ ਨਾਲ ਮੇਰਾ ਬੇਜੋੜ ਰਿਸ਼ਤਾ ਹੈ। ਜ਼ਬਰਦਸਤੀ ਕਰੋਗੇ ਤੇ ਦੋਵਾਂ ਦੀ ਜ਼ਿੰਦਗੀਆਂ ਤਬਾਹ ਬਰਬਾਦ ਹੋਣਗੀਆਂ, ਇਹਦੇ 'ਚ ਕੋਈ ਫਾਇਦਾ ਨਹੀਂ ਵੱਡੇ ਸ਼ਾਹ ਜੀ, ਕੋਈ ਫਾਇਦਾ ਨਹੀਂ। ਇਹ ਤੇਰਾ ਆਖਰੀ ਫੈਸਲਾ ਹੈ? ਫੈਸਲੇ ਤੇ ਹਮੇਸ਼ਾ ਤੁਸੀਂ ਕਰਦੇ ਹੋ ਵੱਡੇ ਸ਼ਾਹ ਜੀ,
ਬਸ ਬਸ ਤੇਰੇ ਕੋਲ ਕੱਲ ਤੱਕ ਦਾ ਟਾਈਮ ਹੈ। ਕੱਲ ਤੱਕ ਤੂੰ ਸਾਨੂੰ ਸਿਰਫ ਇਹ ਦੱਸਣਾ ਕਿ ਤੂੰ ਆਰਜ਼ੂ ਨਾਲ ਵਿਆਹ ਕਰਨਾ ਜਾਂ ਨਹੀਂ। ਸਮਝ ਆਈ ਹੋ?